ਤਿੰਨ ਚਾਰ ਦਿਨ ਪਹਿਲੇ ਇੱਕ ਘੰਟਾ ਮੇਰੀ ਕਿਸੇ ਗੁਰਮੁਖ ਨਾਲ ਮੇਲ ਆਏ ਤਾਂ 5 ਮਿੰਟ ਲਈ ਸੀ ਪਰ ਘੰਟਾ ਲੱਗ ਗਿਆ। ਬਾਹਰਲੇ ਮੁਲਕ ਦੇ ਲੱਖਾਂ ਪਤੀ ਕਵਾਂ ਝੂਠ ਹੈ ਤੇ ਕਰੋੜਾਂ ਪਤੀ ਕਵਾਂ ਝੂਠ ਹੈ, ਅਰਬਾਂ ਪਤੀ ਕਵਾਂ ਤਾਂ ਵੀ ਝੂਠ ਹੈ। ਮਤਲਬ ਬਈ ਤੁਸੀਂ ਸੁਣ ਕੇ ਹੈਰਾਨ ਹੀ ਹੋਵੋਗੇ ਵੀ 3-4 ਕਰੋੜ ਮਹੀਨੇ ਦਾ ਦਸਵੰਧ ਗੜਗੜ ਵਰਕਿੰਗ ਆਪਣੇ ਹਿਸਾਬ ਨਾਲ ਕਰ ਲਾਉਣਾ ਕਿੱਥੇ, ਜ਼ਿਆਦਾਤਰ ਪੰਜਾਬ 'ਚ ਉਹਨਾਂ ਨੂੰ ਕੋਈ ਕਹੇ ਨਾ 10,000 ਸੈਂਚੀਆਂ ਚਾਹੀਦੀਆਂ, ਅਸੀਂ ਇਲਾਕੇ 'ਚ ਵੰਡਣੀਆਂ 2 ਘੰਟੇ ਬਾਅਦ ਤੁਹਾਡੇ ਕੋਲ, ਇਹ ਆਪਣੀ ਢੰਗ ਨਾਲ ਕੰਮ ਕਰ। ਕਹਿੰਦੇ ਕਿਸੇ ਦੀ ਰਸੀਦ ਨਹੀਂ ਕੱਟੀ, ਨਾ ਕਿਸੇ ਕੋਈ ਦੀ ਮੰਗਿਆ, ਫੈਮਿਲੀ 'ਚੋਂ ਹੀ ਸਾਰਾ। ਫਿਰ ਮੈਂ ਪੁੱਛ ਲਿਆ, ਮੈਂ ਕਿਹਾ ਵੇਖਾਂ ਘੁੰਡੀ ਹੈ ਕਿੱਥੇ, ਮੈਂ ਕਿਹਾ ਜੀ ਕਿਵੇਂ ਏਡਾ ਦਸਵੰਧ ਕੱਢਣਾ। ਕਹਿੰਦੇ ਸਾਰਾ ਕੁਝ ਜੀਵਨ ਵਿੱਚ ਮੈਂ ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਸਾਰਾ ਕੁਝ ਜੀਵਨ ਵਿੱਚ ਮੂਲ ਮੰਤਰ ਤੋਂ ਬਦਲ ਸਭ ਕੁਝ ਇਹਦੇ 'ਚ ਉਹਨਾਂ ਦੀ ਆਪਣੀ ਖੋਜ ਸੀ। ਕਹਿੰਦੇ ਇਹਦੇ 'ਚ 126 ਤਰ੍ਹਾਂ ਦਾ ਰਸ ਹੈ, ਜਿਹੜਾ ਵੀ ਇਹਦਾ ਜਾਪ ਕਰਦਾ ਕਮਾਈ ਕਰਦਾ। ਉਸ ਰਸ ਦੇ ਗੁਰੂ ਨਾਨਕ ਦੇ ਖਜ਼ਾਨੇ ਚੋਂ ਫੀਤੇ ਲੱਗਣੇ ਸ਼ੁਰੂ ਹੋ ਜਾਂਦੇ। ਉਸ ਰਸ ਦੀਆਂ ਦਾਤਾਂ ਉਹਨਾਂ ਆਪਣੇ ਪਿਆਰ 'ਚ ਦੱਸਿਆ, ਕਹਿੰਦੇ ਸਾਡੇ ਘਰ ਦੇ ਬੱਚੇ ਤੋਂ ਲੈ ਕੇ ਵੱਡੇ ਤੱਕ ਮੂਲ ਮੰਤਰ ਜਪਦੇ ਆਖੋ ਸਾਧਨ ਇਹ ਕਿਉਂ ਘਰ ਤੋਂ ਨਾਨਕ ਹੋ ਸੀ। ਮੈਨੂੰ ਵਧੀਆ ਲੱਗੀ ਗੱਲ ਉਹਨਾਂ ਨੇ ਮੈਨੂੰ ਦੱਸੀ। ਲੱਕੜ ਦੀਆਂ ਮਾਲਾ ਜੇਬ ਵੰਡਦੇ ਆ ਬੜੀ ਸੋਹਣੀ। ਕਹਿੰਦੇ ਮੈਂ ਜਿਹਨੂੰ ਮਾਲਾ ਦਿੰਦਾ ਉਹਨੂੰ ਕਹਿੰਦਾ ਵੀ ਮਾਲਾ ਜਦ ਤੱਕ ਪੂਰੀ ਨਹੀਂ ਹੋ ਗਈ ਵਿੱਚ ਗੱਲ ਨਹੀਂ ਕਰਨੀ। ਇਹ ਮੈਨੂੰ ਗੱਲਾਂ ਚੰਗੀਆਂ ਲੱਗੀਆਂ ਵੀ ਤੁਹਾਡੇ ਅੱਗੇ ਤਾਂ ਖੋਲ ਦਿੰਦਾ ਵੀ ਸਭ ਕੁਝ ਤੁਹਾਡੇ ਕੋਲ ਪਾਇਆ। ਕਹਿੰਦੇ ਮੈਂ ਜਿਹਨੂੰ ਮਾਲਾ ਦੇਣਾ ਨਾ ਵੀ ਕਹਿੰਦਾ ਵੀ 1 ਕਰੋ, 5 ਕਰੋ, 2 ਕਰੋ, 6 ਕਰੋ, 10 ਕਰੋ ਕਰਨੀ ਇਸ ਢੰਗ ਨਾਲ ਵੀ ਮਾਲਾ ਸ਼ੁਰੂ ਕਰਤੀ ਅਤੇ ਜਦ ਤੱਕ ਪੂਰੀ ਨਹੀਂ ਹੋ ਗਈ 108 ਦਾਣਿਆਂ ਦੀ ਵਿੱਚ ਗੱਲ ਨਹੀਂ ਕਰਦੀ। ਸਰਕਲ ਪੂਰਾ ਕਰਨਾ ਵਧੀਆ ਲੱਗਿਆ। ਕਹਿੰਦੇ ਅੱਜ ਜੋ 3-3, 4-4 ਕਰੋੜ ਮਹੀਨੇ ਦਾ ਦਸਵੰਧ ਨਿਕਲ ਰਿਹਾ ਸਾਡੇ ਬੱਚੇ ਤੋਂ ਲੈ ਕੇ ਵੱਡਾ ਤੱਕ ਮੂਲ ਮੰਤਰ ਘਰ 'ਚ ਲਿਖਦਾ ਤੇ ਜਪਦਾ। ਕਹਿੰਦੇ ਜੋ ਕੁਝ ਜ਼ਿੰਦਗੀ 'ਚੋਂ ਪਾਇਆ ਮੂਲ ਮੰਤਰ ਦੀ ਬਖਸ਼ਿਸ਼ 'ਚੋਂ ਪਾਇਆ। ਨਿਹਾਲ ਸਤਿ ਸ਼੍ਰੀ ਅਕਾਲ।
ਹੋ ਸਕਦਾ ਇਹ ਲਾਈਵ ਪ੍ਰੋਗਰਾਮ ਜਾ ਰਿਹਾ, ਹੋ ਸਕਦਾ ਘਰਾਂ 'ਚ ਕਈ ਬੈਠੇ ਹੋਏ ਕਈ ਇੱਥੇ ਬੈਠੇ ਹੋਇਆਂ ਦੀ ਵੀ ਇਹ 2-3 ਮਿੰਟ ਦੀ ਗੱਲ ਸੁਣਨ ਨਾਲ ਹੀ ਮਨ 'ਚ ਫੈਸਲਾ ਲੈ ਲਿਆ ਹੋਵੇ, ਅੱਜ ਤੋਂ ਬਾਅਦ ਮੂਲ ਮੰਤਰ ਦਾ ਲੜ ਮੈਂ ਵੀ ਨਹੀਂ ਛੱਡਣਾ, ਇਹ ਕਰਜ਼ਾ ਕੋਈ ਰਹਿਣ ਹੀ ਨਹੀਂ ਦਿੰਦਾ। ਰਿੱਧੀਆਂ ਸਿੱਧੀਆਂ ਵੀ ਮਗਰ ਰੱਬ ਦੀ ਵੀ ਪ੍ਰਾਪਤੀ। ਮੈਨੂੰ ਖੁਦ ਮੈਂ ਗੁਰੂ ਦੀ ਜੋਰੀ 'ਚ ਬੈਠਾ ਇੱਕ ਪੈਸਾ ਝੋਲੇ ਕੋਲ, ਕਦੀ ਲੈਵਲ ਨਾ ਲੈ ਜ਼ਿੰਦਗੀ 'ਚ, ਕਦੀ ਲੈਵਲ ਨਾ ਲੈ। ਜਦੋਂ ਕੋਈ ਇੰਜ ਪਿਆਰ ਵਾਲਾ ਆ ਗਿਆ ਉਦੋਂ ਲੈਵਲ ਨਹੀਂ ਲੈਣਾ, ਅਸੀਂ ਤੇ ਆਹ ਚਲਾ ਰਹੇ ਆਹ ਚਲਾ ਰਹੇ। ਜੇ ਕੋ ਆ ਗਿਆ ਪਿਆਰ ਵਾਲਾ ਉੱਚੇ ਲੈਵਲ ਵਾਲਾ, ਉੱਥੋਂ ਝੋਲੀ ਭਰ ਗੁਣ ਲੈ।